ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਗਏ ਇਸ ਲੋਕਡਾਊਨ ਦੌਰਾਨ ਪੰਜਾਬ ਸਰਕਾਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਗੁਰਾਇਆ ਨੇਲੇ ਪਿੰਡ ਘੁੜਕਾ ਵਿਖੇ ਵੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ NRI ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 350 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਗੁਰਦੁਆਰਾ ਸਿੰਘ ਸਭਾ ਪਿੰਡ ਘੁੜਕਾ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਾਰਡਾਂ ਅਨੁਸਾਰ ਕੀਤੀ ਗਈ। ਇਸ ਮੌਕੇ ਬੋਲਦਿਆਂ ਅਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਵਿਦੇਸ਼ਾਂ 'ਚ ਵੱਸਦੇ ਪਿੰਡ ਦੇ NRI ਵੀਰਾਂ ਵੱਲੋਂ ਕੀਤੇ ਗਏ ਵਡਮੁੱਲੇ ਯੋਗਦਾਨ ਸਦਕਾ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪੋ ਆਪਣੇ ਘਰਾਂ ਦੇ ਅੰਦਰ ਰਹਿਣ ਤਾਂ ਜੋ ਇਸ ਵਾਇਰਸ ਦੀ ਚੈਨ ਨੂੰ ਤੋੜ ਕੇ ਮੁੜ ਤੋਂ ਚੰਗਾ ਜੀਵਨ ਬਤੀਤ ਕੀਤਾ ਜਾ ਸਕੇ। ਇਸ ਮੌਕੇ SHO ਗੁਰਾਇਆ ਕੇਵਲ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ UK, ਸਰਪੰਚ ਰਾਮਲਾਲ, ਸਾਬਕਾ ਪੰਚ ਪਰਮਜੀਤ ਸਿੰਘ, ਪੰਚ ਬਲਬੀਰ ਸਿੰਘ, ਪੰਚ ਪ੍ਰੇਮ ਲਾਲ, ਠੇਕੇਦਾਰ ਸਤਨਾਮ ਸਿੰਘ, ਪੰਚ ਪਾਲਾ ਰਾਮ, ਖੁਸ਼ੀ ਰਾਮ, ਗੁਰਨੇਕ ਰਾਮ, ਅਮਰੀਕ ਸਿੰਘ ਸੰਧੂ, ਅਮਰੀਕ ਲਾਲ ਆਦਿ ਮੌਜੂਦ ਸਨ। ਆਪਾਂ ਸਾਰੇ ਜਾਣਦੇ ਹਾਂ ਅੱਜ ਕਰੋਨਾ ਦੀ ਜਿਹੜੀ ਮਹਾਮਾਰੀ ਆ ਉਹ ਸਮੁੱਚੇ ਸੰਸਾਰ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਫੈਲੀ ਹੋਈ ਆ ਅਤੇ ਉਹਦੇ ਨਾਲ ਲੋਕਡਾਊਨ ਕਰਫਿਊ ਦੇ ਨਾਲ ਜਿਹੜੇ ਬੰਦੇ ਰੋਜ਼ ਦਿਹਾੜੀ ਲਾਉਂਦੇ, ਰੋਜ਼ ਕਮਾਉਂਦੇ ਆ, ਉਹਨਾਂ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਬੜਾ ਔਖਾ ਹੋਇਆ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ਦੇ ਉੱਤੇ ਇਸ ਪੱਖ ਦੇ ਉੱਤੋਂ ਯੋਗਦਾਨ ਪਾ ਰਹੀਆਂ। ਮੈਂ ਬਹੁਤ ਧੰਨਵਾਦੀ ਹਾਂ ਘੁੜਕਾ ਦੀ ਸਮੁੱਚੀ ਨਗਰ ਨਿਵਾਸੀ ਸਾਧ ਸੰਗਤ ਦਾ, ਸਾਰੇ NRI ਵੀਰਾਂ ਦਾ, ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ 350 ਦੇ ਕਰੀਬ ਪਰਿਵਾਰਾਂ ਨੂੰ ਪਿੰਡ ਘੁੜਕਾ ਦੇ ਵਿੱਚ ਤਕਰੀਬਨ 16 ਕਿਲੋ ਦੀ ਕਿੱਟ ਆ ਜਿਹੜੀ, ਜਿਹਦੇ ਵਿੱਚ ਦਾਲਾਂ ਆ, ਚਾਵਲ ਆ, ਖੰਡ ਆ, ਆਲੂ ਆ, ਪਿਆਜ਼ ਆ, ਚਾਹ ਪੱਤੀ ਆ, ਹਲਦੀ ਆ ਅਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਆ ਜਿਹੜਾ ਰੋਜ਼ ਰਸੋਈ ਦੀ ਜ਼ਰੂਰਤ ਦਾ ਆ ਉਹ ਦਿੱਤਾ ਜਾਣਾ ਆ। ਅਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਾਨੂੰ ਨੋਰਮ ਸਾਡੀ ਸਰਕਾਰ ਨੇ ਤੈਅ ਕੀਤੇ ਆ ਇਸ ਬਿਮਾਰੀ ਤੋਂ ਬਚਾਅ ਦੇ ਲਈ ਕਿ ਆਪਾਂ ਲੋਕਡਾਊਨ ਕਰਫਿਊ ਦਾ ਪੂਰੀ ਤਰ੍ਹਾਂ ਪਾਲਣ ਕਰੀਏ, ਬਿਨਾਂ ਕਿਸੇ ਕੰਮ ਤੋਂ ਆਪਾਂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੀਏ ਅਤੇ ਜਿਹੜਾ ਡਿਸਟੈਂਸ ਆ ਉਹਨੂੰ ਵੀ ਆਪਾਂ ਫੋਲੋ ਕਰੀਏ ਤਾਂ ਜੋ ਇਹ ਜਿਹੜੀ ਬਿਮਾਰੀ ਆ ਉਹਦੇ 'ਤੇ ਆਪਾਂ ਕਾਬੂ ਪਾ ਸਕੀਏ ਅਤੇ ਆਪਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਜਿਹੜੀ ਜ਼ਿੰਦਗੀ ਆ, ਆਮ ਜ਼ਿੰਦਗੀ ਆ, ਉਹ ਸਾਡੇ ਜਿਹੜੇ ਪੰਜਾਬ ਦੇ ਲੋਕ ਆ, ਸਾਡੇ ਨਗਰਾਂ ਦੇ ਲੋਕ ਆ, ਉਹ ਜੀਵ ਸਕਣ। ਅਤੇ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਸਾਡੇ NRI ਵੀਰਾਂ ਹਰਦੀਪ ਸਿੰਘ ਜੀ ਗੋਰਾ UK ਦਾ, ਸਰਦਾਰ ਪਲਵਿੰਦਰ ਸਿੰਘ ਜੀ, ਬੀਬੀ ਗੁਰਪਾਲ ਕੌਰ ਜੀ ਸੰਧੂ UK ਦਾ, ਗੁਰਦਿਆਲ ਸਿੰਘ ਜੀ ਸੰਧੂ UK ਦਾ, ਸਰਦਾਰ ਜਸਵੀਰ ਸਿੰਘ ਜੀ ਸੰਧੂ, ਰਘਵੀਰ ਸਿੰਘ ਜੀ ਸੰਧੂ UK ਅਤੇ ਉਹਨਾਂ ਦੇ ਹੋਰ ਬਹੁਤ ਸਾਰੇ ਜਿਹੜੇ NRI ਸਾਥੀ ਆ ਜਿਨ੍ਹਾਂ ਨੇ ਸਾਨੂੰ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਅਤੇ ਸਾਡੇ ਨਗਰ ਦੇ ਜਿਹੜੇ ਪਤਵੰਤੇ ਸੱਜਣ ਆ ਜਿਨ੍ਹਾਂ ਨੇ ਮਾਈਕ ਤੌਰ 'ਤੇ ਵੀ ਸਹਿਯੋਗ ਦਿੱਤਾ ਅਤੇ ਅੱਜ ਸਰੀਰਕ ਰੂਪ ਦੇ ਵਿੱਚ ਵੀ ਉਹ ਸੇਵਾ ਦੇ ਵਿੱਚ ਵੀ ਹਿੱਸਾ ਪਾ ਰਹੇ ਆ, ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਅਤੇ ਅਸੀਂ ਨਗਰ ਨਿਵਾਸੀਆਂ ਨੂੰ ਵੀ ਯਕੀਨ ਦਿਵਾਉਂਦੇ ਹਾਂ ਪਰਮਾਤਮਾ ਕਿਰਪਾ ਕਰੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸਹਾਈ ਹੋਵਾਂਗੇ ਅਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਕਿਰਪਾ ਕਰੇ ਇਹ ਜਿਹੜੀ ਭਿਆਨਕ ਬਿਮਾਰੀ ਆ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਆ ਉਹਦੇ ਤੋਂ ਛੁਟਕਾਰਾ ਮਿਲੇ ਅਤੇ ਸਾਡੇ ਲੋਕ ਜਿਹੜੇ ਫਿਰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਜੀਵਨ ਜੀਵਨ, ਪਹਿਲਾਂ ਦੀ ਤਰ੍ਹਾਂ ਇੱਧਰ ਉੱਧਰ ਆਪਣੇ ਕੰਮਾਂ ਕਾਰਾਂ 'ਤੇ ਜਾ ਸਕਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।